ਹਾਂ ਜੀ ਦੋਸਤੋ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਧੁੰਦਾ। ਧੁੰਦਾ ਪਿੰਡ ਦੋਸਤੋ, ਤਹਿਸੀਲ ਖਡੂਰ ਸਾਹਿਬ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਦਾ ਪਿੰਡ। ਵੀਰ ਮਨਿੰਦਰ ਸਿੰਘ ਫੌਜੀ ਦੇ ਘਰੋਂ ਅੱਜ ਆਪਾਂ ਜਿਹੜੀ ਦੋਸਤੋ ਵੀਡੀਓ ਪਾ ਰਹੇ ਹਾਂ। ਫਿਲਹਾਲ ਵੀਰ ਮਨਿੰਦਰ ਸਿੰਘ ਆਪ ਡਿਊਟੀ 'ਤੇ ਨੇ, ਠੀਕ ਆ ਜੀ। ਸੋ ਗੱਲਬਾਤ ਆਪਾਂ ਕਰਾਂਗੇ, ਮੇਰੇ ਨਾਲ ਵੀਰ ਹਾਜ਼ਰ ਰਹਿਣਗੇ, ਉਹਨਾਂ ਤੋਂ ਪੂਰੀ ਆਪਾਂ ਡਿਟੇਲ ਲੈ ਲਾਂਗੇ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ। ਤਿੰਨ ਮੱਝਾਂ ਝੋਟੀਆਂ ਦੋਸਤੋ ਦਿਖਾਉਣੀਆਂ, ਤਿੰਨੇ ਝੋਟੀਆਂ ਨੇ, ਦੂਜੇ ਸੂਏ ਆ, ਜਿਨ੍ਹਾਂ 'ਚ ਦੋ ਝੋਟੀਆਂ ਸੂਈਆਂ ਨੇ ਤਾਜ਼ੀਆਂ, ਇੱਕ ਝੋਟੀ ਗੱਭਣ। ਰੇਟ ਭਾਅ ਪੜਤਾ, ਦੁੱਧ ਕਿੰਨਾ ਥੱਲੇ ਹਾਜ਼ਰ ਆ, ਪੂਰੀ ਗੱਲਬਾਤ ਕਰ ਲਾਂਗੇ। ਸੋ ਵੀਡੀਓ ਦੇ ਨਾਲ ਐਂਡ ਤੱਕ ਅੰਤ ਤੱਕ ਜ਼ਰੂਰ ਬਣੇ ਰਹੋ, ਤਾਂ ਜੋ ਦੋਸਤੋ ਜੋ ਇਨਫੋਰਮੇਸ਼ਨ ਦਿੱਤੀ ਜਾਊਗੀ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ, ਉਹ ਹਰ ਇੱਕ ਭੈਣ ਭਰਾ ਨੂੰ ਵੀਰ ਨੂੰ ਸਮਝ ਵਿੱਚ ਆ ਸਕੇ, ਠੀਕ ਆ ਜੀ। ਅਤੇ ਸ਼੍ਰੀ ਗੋਇੰਦਵਾਲ ਸਾਹਿਬ ਵੀ ਥੋੜ੍ਹੀ ਦੂਰੀ ਆ, ਕੋਈ 2-2.5-3 ਕਿਲੋਮੀਟਰ ਦੀ ਸਾਰੀ ਦੂਰੀ ਹੈਗੀ ਆ ਸ਼੍ਰੀ ਗੋਇੰਦਵਾਲ ਸਾਹਿਬ ਦੀ। ਖਾਸ ਵਿਜ਼ਿਟ ਤੁਸੀਂ ਪਿੰਡ ਧੁੰਦੇ ਕਰਨੀ ਹੈਗੀ ਆ। ਆਓ ਲੈਂਦੇ ਹਾਂ ਜਾਣਕਾਰੀ ਵੀਰ ਤੋਂ, ਪੁੱਛਦੇ ਹਾਂ ਕੀ ਇਨਫੋਰਮੇਸ਼ਨ ਆ, ਕੀ ਡਿਟੇਲ ਆ ਇਹਨਾਂ ਪਸ਼ੂਆਂ ਦੀ। ਸਭ ਤੋਂ ਪਹਿਲਾਂ ਵੀਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ, ਬਹੁਤ ਬਹੁਤ ਤੁਹਾਡੀ ਮਿਹਰਬਾਨੀ, ਟਾਈਮ ਕੱਢਿਆ ਤੁਸੀਂ। ਠੀਕ ਹੈ ਸਾਰੇ ਵੀਰ ਵੇਖਣਾ ਚਾਹੁੰਦੇ ਨੂੰ, ਸਾਨੂੰ ਨਮਸਕਾਰ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਛਾ ਵੀਰ ਜੀ, ਇੱਕ ਆਪਣਾ ਨਾਮ ਜ਼ਰੂਰ ਭੈਣ ਭਰਾਵਾਂ ਨਾਲ ਸਾਂਝਾ। ਮੇਰਾ ਨਾਮ ਭੁਪਿੰਦਰ ਆ ਜੀ। ਭੁਪਿੰਦਰ ਸਿੰਘ, ਹਾਂਜੀ, ਮੇਰੇ ਸੱਜਣ ਦੇ ਨਾਲ ਕੋਲ ਮੱਝਾਂ ਵਾ, ਹਾਂਜੀ, ਅਤੇ ਮੇਰਾ ਭਰਾ ਹੀ ਸਮਝੋ। ਬਿਲਕੁਲ ਜੀ, ਹਾਂਜੀ। ਵੀਰ ਮਨਿੰਦਰ ਸਿੰਘ ਨੇ, ਮੈਨੂੰ ਤਾਂ ਹੁਣ ਔਨ ਡਿਊਟੀ ਹੈ, ਹਾਂਜੀ, ਚਲੋ ਸਰਵਿਸ ਕਰਦੇ ਆ, ਹਾਂਜੀ, ਕਦੇ ਕਦੇ ਜਦੋਂ ਇੱਥੇ ਹੁੰਦੇ ਆ ਤਾਂ ਮੈਨੂੰ ਲੱਗਦਾ ਵੀ ਚਲੋ ਇੱਕ ਨਾਲ ਸਾਈਡ ਬਿਜ਼ਨਸ ਉਹਨਾਂ ਦਾ ਪਸ਼ੂ ਵਪਾਰ ਦਾ ਕੰਮ ਵੀ ਚੱਲਦਾ, ਹਾਂਜੀ ਹਾਂਜੀ, ਅਤੇ ਜਦੋਂ ਇੱਥੇ ਕਿਤੇ ਛੁੱਟੀ ਆਉਂਦੇ ਆ ਤਾਂ ਮੈਨੂੰ ਲੱਗਦਾ ਵੀ ਉਦੋਂ ਆਪਾਂ ਆਹਮੋ ਸਾਹਮਣੇ ਜ਼ਰੂਰ ਉਹਨਾਂ ਨੂੰ ਕਰਵਾਈਦਾ। ਅਤੇ ਅੱਛਾ ਵੀਰ ਭੁਪਿੰਦਰ ਸਿੰਘ, ਅੱਜ ਪਸ਼ੂ 3 ਵਿਕਾਊਗਾ, ਹਾਂਜੀ, 2 ਝੋਟੀਆਂ ਸੂਈਆਂ, 1 ਗੱਬਣ, ਹਾਂਜੀ। ਜੇਕਰ ਆਪਾਂ ਬਿਲਕੁਲ ਸੂਈਆਂ ਦਾ ਰਿਕਾਰਡ ਦੀ ਗੱਲ ਕਰੀਏ ਤਾਂ ਪਹਿਲੇ ਨੰਬਰ ਤੋਂ ਇੱਥੋਂ ਸਟਾਰਟ ਕਰ ਲਈਏ। ਇਹ ਵੀਰ ਜੀ ਦੂਜੇ ਸੂਏ ਝੋਟੀ ਆ ਜੀ, ਹਾਂਜੀ, ਇਹਦਾ 8 ਲੀਟਰ ਦੁੱਧ ਆ ਜੀ, 8 ਲੀਟਰ ਆ ਜੀ, ਆਹ ਮਗਰ ਬੱਚਾ ਜੀ, ਇਹ ਮਗਰ, ਠੀਕ ਹੈ ਜੀ, ਮਗਰ ਬੱਚਾ, ਬੱਚਾ ਵੱਧ ਤੋਂ ਵੱਧ ਮੰਨ ਕੇ ਚੱਲੋ ਕਿ 15-18 ਮਹੀਨਾ ਮੰਨ ਕੇ ਚੱਲੋ ਤੁਸੀਂ, 20 ਦਿਨ, 20 ਦਿਨ ਮੰਨ ਕੇ ਚੱਲੋਗੇ ਬੱਚੀ, ਮਗਰ ਕੱਟੀ ਹੈ ਜੀ, ਹਾਂਜੀ ਕੱਟੀ ਹੈ ਜੀ, ਮਗਰ ਕੱਟੀ ਹੈ। ਅਤੇ ਆਪ ਝੋਟੀ ਸੂਆ ਕਿਨਮਾ ਜੀ? ਇਹ ਦੂਜੇ ਸੂਏ ਝੋਟੀ ਆ ਜੀ, ਦੂਜੇ ਸੂਏ, ਠੰਡੀ ਸੀਲ ਧਾਰ ਹੈ ਬਿਲਕੁਲ, ਐਂ ਕੋਈ ਭੂਰ ਸ਼ੇਟ ਵਧੀਆ ਜੀ, ਹਾਂਜੀ, ਬਿਲਕੁਲ ਸੱਚ ਵਾਈ ਸਾਫ਼ ਆ ਜੀ। ਹੁਣ ਦੁੱਧ ਕਿੰਨਾ ਚਵਾ ਦਾਂਗੇ? ਦੁੱਧ ਐ ਵੜੇ 8-9 ਲੀਟਰ ਆ ਜੀ, 8 ਲੀਟਰ ਆਪਾਂ ਮਿਣ ਕੇ ਦੇਵਾਂਗੇ ਜੀ, 8 ਲੀਟਰ, ਹਾਂਜੀ, ਮਿਲਣ ਮਿਲਾਪ ਦੇ ਵਿੱਚ ਐਂ ਪੂਰੀ ਠੰਡੀ ਚੀਲੀ, ਐਂ ਚੋਣ ਸਾਫ਼ ਆ ਜੀ, ਠੀਕ ਹੈ ਜੀ, ਹਾਂਜੀ। ਲਓ ਵੀ ਦੋਸਤੋ, 20 ਦਿਨ ਦਾ ਆਈਡੀਆ ਕੋਈ ਮੰਨ ਕੇ ਸੌਦਾ ਵੀਰ ਕਰ ਸਕਦਾ, ਠੀਕ ਆ। 8 ਕਿਲੋ ਦੁੱਧ ਜਿਹੜਾ ਹਾਜ਼ਰ ਆ, ਮਗਰ ਕੱਟੀ ਆ, ਫੀਮੇਲ ਕਾਫ ਆ, ਥਣ ਚੱਡੇ ਦੀ ਸਾਫ਼, ਚਵਾਈ 1 ਨੰਬਰ ਆ, ਹਾਂਜੀ, ਪੋਲੀ ਧਾਰ ਦੀ ਆ, ਠੀਕ ਆ, ਬਿਲਕੁਲ ਪੂਰਾ ਪੋਲੀ ਜੀ, ਠੀਕ ਆ। ਸੋ ਹਾਈਟ ਕੱਦ, ਇਕੱਲੇ ਇਕੱਲੇ ਪਸ਼ੂ ਦਾ ਨਹੀਂ ਜ਼ਿਕਰ ਕਰਾਂਗੇ ਦੋਸਤੋ, ਕੋਈ ਇੱਥੇ ਵੀਰ ਆਵੇ ਅਤੇ ਬਾਅਦ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ, ਅਪਲੋਡ ਕੀਤੀਆਂ ਨੇ ਫੌਜੀ ਸਾਹਿਬ ਦੀਆਂ, ਠੀਕ ਆ ਜੀ। ਸੋ ਪਸ਼ੂ ਵਪਾਰ ਦਾ ਕੰਮ ਆ, ਜਿੱਦਾਂ ਮੈਂ ਪਹਿਲਾਂ ਹੀ ਦੱਸਤਾ ਤੁਹਾਨੂੰ, ਠੀਕ ਆ। 8 ਕਿਲੋ ਦੋਸਤੋ ਦੁੱਧ, 8-9 ਦਰਮਿਆਨ ਹੈਗੀ, ਪਰ ਕੋਈ 8 ਮੰਨ ਕੇ ਤੁਸੀਂ ਜਿਹੜਾ ਭਾਂਡੇ 'ਚ ਪੈਂਦਾ ਦੁੱਧ, ਆਪਾਂ ਗੱਲ ਕਰ ਲਈਏ ਵੀ 8 ਕਿਲੋ ਮੰਨ ਕੇ ਦੁੱਧ ਕਰ ਲਏ, ਠੀਕ ਆ, ਥਾਣ ਥੋਣ ਇੱਕ ਸਾਰ, ਅਗਲੇ ਨਾਲ ਅਗਲਾ, ਪਿਛਲੇ ਨਾਲ ਪਿਛਲਾ, ਬਿਲਕੁਲ ਬਰਾਬਰ ਆ ਸਾਈਜ਼ ਵਿੱਚ। ਆਹ ਫੇਸ ਕੁਆਲਿਟੀ ਦੇਖੋ ਜੀ, ਠੀਕ ਆ, ਲਓ ਖੋਲ ਕੇ ਤੋੜ ਕੇ ਤੁਹਾਨੂੰ ਜਿਹੜਾ ਤਸੱਲੀ ਨਾਲ ਦਿਖਾ ਦਿਓ, ਆ ਜਾਓ ਜੀ, ਜਿਹਨੂੰ ਕੱਟ ਲਾ, ਠੀਕ ਆ ਜੀ। ਚੰਗੇ ਪਿੱਠ ਪੁੜੇ ਦੀ ਆ, ਪਤਲੇ ਬਿਲਕੁਲ ਪਿੰਡੇ ਦੀ ਆ, ਬਾਕੀ ਤੋੜ ਕੇ ਜਦੋਂ ਦੋਸਤੋ ਦਿਖਾਇਆ ਬੈਕ ਸਾਈਡ ਤੋਂ, ਤੁਹਾਨੂੰ ਹਵਾਨਾ ਲੇਵਾ ਹੋਰ ਸਮਝ ਆ ਜੂਗੀ ਗੱਲਬਾਤ। ਤੁਰੋ ਜੀ, ਲਓ ਜੀ, ਠੀਕ ਆ। ਸੋ ਮਗਰ ਵੀ ਕੱਟੀ ਆ, 20-ਕੁ ਦਿਨਾਂ ਦਾ ਸੂਆ ਤੁਸੀਂ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ, ਠੀਕ ਆ। ਆਹ ਦੇਖੋ ਜੀ, ਠੀਕ ਆ,
ਬਾਕੀ ਹਵਾਨਾ ਲੇਵਾ ਜਿਹੜਾ ਦੋਸਤੋ ਬਿਲਕੁਲ ਸਾਫ਼ ਆ, ਚਵਾ ਪਸਮਾ ਇੱਕ ਨੰਬਰ ਆ, ਜੋ ਦੱਸਿਆ ਜਾਊਗਾ ਉਹ ਜਿਹੜਾ ਬਿਲਕੁਲ ਕਿਸੇ ਵੀਰ ਨੇ ਜਿਹੜੇ ਨੇ ਇੱਥੇ ਪਹੁੰਚਣਾ ਸੇਮ ਚੀਜ਼ ਤੁਹਾਨੂੰ ਉਹੀ ਮਿਲੂਗੀ ਜੋ ਦੱਸਿਆ ਜਾਊਗਾ। ਭੋਗ ਛੱਡਾ ਹੋਇਆ, ਠੀਕ ਆ, ਉਹ ਬਹੁਤ ਧੀਰੀ, ਇੰਨੀ ਬਿਲਕੁਲ ਠੰਡੀ ਆਈ, ਕੋਈ ਗਰਮ ਵਾਲਾ ਡੰਗਰ ਹੈ ਨਹੀਂ ਜੀ। ਅੱਛਾ ਵੀਰ ਪਵਿੰਦਰ, ਇਹਦੇ ਥੱਲੇ ਕੋਈ ਮਤਲਬ ਜਿਵੇਂ ਭੂਰ ਛੱਟਾ ਕੋਈ ਵੀਰ ਕਰੜੀ ਚਵਾਈ ਹੋਵੇ ਕਿ ਦੂਰੋਂ ਨੇ ਬਿਲਕੁਲ ਪੋਲੀ ਮਹਾਰਾਜ ਪਿਓਰ ਐਨ ਬਿਲਕੁਲ ਪੋਲੀ ਅਤੇ ਮੁੱਲਿਆਂ ਦਾ ਕੀ ਕਰਦੇ ਪਏ ਆ? ਮੁੱਲ ਵੀਰ ਜੀ ਮਾਨ ਤਾਂ ਨਹੀਂ ਹੋਊਗਾ, 65,000 ਮੁੱਲ ਕਰਦੇ ਹਾਂ। ਅੱਛਾ ਜੀ, ਹਾਂਜੀ, ਉਹ 'ਚੋਂ ਮਾਨ ਤਾਂ ਜ਼ਰੂਰ ਕਰਾਂਗੇ ਥੋੜ੍ਹਾ, 65,000 ਦੇ ਵਿੱਚ ਜ਼ਿਆਦਾ ਨਹੀਂ, ਉਹ ਵੀਰ ਕਰਨ ਜਿਹੜਾ ਥੋੜ੍ਹਾ ਬਹੁਤ ਜ਼ਿਆਦਾ ਨਹੀਂ ਹੋਊਗਾ। ਠੀਕ ਆ, 65,000 ਦੇ ਵਿੱਚੋਂ ਆ ਛੋਟ ਛੱਪਾ, ਹੈ ਨਾ? ਹਾਂਜੀ, ਹੋ ਜੂਗਾ ਜੀ। 65,000 ਦੇ ਵਿੱਚੋਂ ਦੋਸਤੋ ਛੋਟ ਛੱਪਾ ਨਵੀਂ ਝੋਟੀ ਆ, ਦੂਜਾ ਸੂਆ ਸੂਈ ਹੈ, ਠੀਕ ਆ, ਬਾਕੀ ਪੂਰੀ ਹੈਰ ਦੀ ਆ ਜੀ, ਪੂਰਾ ਪੂਰਾ ਚੌੜਾ ਜੀ, ਚੌੜੇ ਪਿੱਠ ਪੁੜੇ ਦੀ ਆ, ਹਾਈਟ ਸੋਹਣੀ ਆ, ਠੀਕ ਆ, ਕੋਈ ਇੱਥੇ ਆ ਕੇ ਤੁਸੀਂ ਇਹ ਨਹੀਂ ਕਿ ਕਿੱਡਾ ਸੋਹਣ ਲੱਗਾ, ਸਮੁੰਦਰ ਦੀ ਹਾਈਟ ਨਹੀਂ ਗੀ, ਮੀਡੀਅਮ ਤੋਂ ਪਲੱਸ ਆ। ਹਾਂਜੀ, ਇੱਕੋ ਜਿਹੇ ਕੱਦਕਾਰ ਨੇ ਤਿੰਨਾਂ ਝੋਟੀਆਂ ਦੇ, ਥੋੜ੍ਹਾ ਥੋੜ੍ਹਾ ਫਰਕ ਹੋਊਗਾ, ਕੋਈ 19-21 ਦਾ ਜ਼ਿਆਦਾ ਫਰਕ ਨਹੀਂ ਤੁਹਾਨੂੰ ਨਜ਼ਰ ਆਊਗਾ, ਠੀਕ ਆ, ਕੱਦਕਾਠ ਵਾਲੇ ਮਾਮਲੇ 'ਚ ਇੱਕੋ ਜਿਹੀਆਂ ਬਿਲਕੁਲ ਝੋਟੀਆਂ ਨੇ ਸਾਰੀਆਂ। ਸੋ ਚੰਗੀ ਆ, ਜ਼ਰੂਰ ਤੁਸੀਂ ਗੱਲਬਾਤ ਕਰ ਲਿਓ 65,000 ਦੇ ਵਿੱਚੋਂ ਮਾਨ ਤਾਂ, ਠੀਕ ਆ। ਇਸ ਤੋਂ ਬਾਅਦ ਸੈਕਿੰਡ ਨੰਬਰ 'ਤੇ ਜਿਹੜੀ ਅਗਲੀ ਆਪਣੇ ਕੋਲ ਝੋਟੀ, ਇਹ ਵੀ ਦੂਜੇ ਸੂਏ ਝੋਟੀ ਆ ਜੀ। ਲਓ ਜੀ, ਹਾਂਜੀ, ਸੋ ਦੂਜਾ ਸੂਆ ਦੋਸਤੋ, ਹਾਂਜੀ, ਅਤੇ 8 ਦਿਨ ਮੰਨ ਕੇ ਚਲੋ ਬੱਚੇ ਨੂੰ ਹੋਏ ਆ ਜੀ, 8 ਕੁ ਦਿਨ ਦਾ। ਹਾਂਜੀ, ਲਓ ਵੀ 8 ਕੁ ਦਿਨ ਦਾ ਜਿਹੜਾ ਬੱਚਾ ਮਗਰ, ਤੁਸੀਂ ਆ ਵੇਖੋ ਮਗਰ ਕੱਟਾ ਜੀ। ਹਾਂਜੀ, ਲਓ ਜੀ ਮਗਰ ਕੱਟਾ, ਠੀਕ ਆ, ਨਾੜੂ ਵੀ ਮਿਲਦਾ ਤਾਜ਼ਾ ਲੱਥਾ ਗਿਆ। ਹਾਂਜੀ, ਤਾਜ਼ਾ ਹੀ ਆ ਜੀ, ਠੀਕ ਆ, 8 ਕੁ ਦਿਨਾਂ ਦਾ ਜਿਹੜਾ ਬੱਚਾ ਦੋਸਤੋ, ਠੀਕ ਆ, ਅਤੇ ਮੇਲ ਕਾਫ ਆ ਮਗਰ, ਝੋਟੀ ਤੁਸੀਂ ਆਹ ਦੇਖ ਲਓ, ਦੂਜਾ ਸੂਆ ਹੀ ਹੈ। ਹਾਂਜੀ, ਦੂਜਾ ਸੂਆ ਝੋਟੀ ਹੈ, ਦੂਜਾ ਹੀ ਸੂਆ, ਠੀਕ ਆ, ਥਣ ਭਾਂਡਾ ਵੇਖ ਲਓ, ਵਿੱਥੀ ਬੁੱਥੀ ਸੋਹਣੀ ਆ, ਅਤੇ ਚਵਾਈ 'ਚ ਵੀ ਚੰਗੀ ਪੋਲੀ ਹੁੰਦੀ, ਬਿਲਕੁਲ ਪੋਲੀ ਜੀ, ਬਿਲਕੁਲ ਸਾਫ਼ ਚਵਾਈ ਜੀ, ਠੀਕ ਆ ਜੀ, ਚਵਾ ਪਸਮਾ ਜਿਹੜਾ ਦੋਸਤੋ ਚੰਗਾ, ਠੀਕ ਆ, ਓਕੇ ਆ ਜੀ, ਹਾਂ, ਭੂਰ ਛੱਟ ਕੋਈ ਨਹੀਂ ਹੈ, ਬਿਲਕੁਲ ਸਾਫ਼ ਥਾਣਾ ਜੀ, ਠੀਕ ਆ। ਸੂਆ ਵੀਰ ਪਵਿੰਦਰ ਵੀ ਦੂਜਾ, ਦੂਜਾ ਸੂਆ ਜੀ, ਦੂਜਾ ਸੂਆ, ਹਾਂਜੀ, ਸੋ ਪੁੱਠਾ ਪੱਠਾ ਕਾਫੀ ਚੜਾਈ ਆ, ਪੌੜੀ ਆ ਜੀ, ਪਿੱਠ ਪੁੜੇ ਦੀ ਦੁੱਧ ਮਹਾਰਾਜ ਜੀ ਥੱਲੇ 11 ਲੀਟਰ ਆ ਜੀ, 11 ਮਿੰਟੀ ਵਾਲਾ ਜੀ, ਹਾਂਜੀ, ਜੇ ਆਪਾਂ ਤਾਂ ਗੱਲ ਹੀ ਨਾ, ਉਹ ਭਾਵੇਂ 12ਵੀਂ ਕਰੇ 11 ਲੀਟਰ ਦੁੱਧ ਇਹਦੇ ਥੱਲੇ ਹੈਗਾ ਜੀ, ਠੀਕ ਆ, ਲਿਆਓ ਜੀ, ਇਹ ਵੀ ਖੋਲ ਦਿਓ, ਖੋਲੋ, 12 ਲੀਟਰ ਦੋਸਤੋ ਦੁੱਧ ਹੋਵੇਗਾ, ਪਰ 11 ਲੀਟਰ ਮੰਨ ਕੇ ਕੋਈ ਸੌਦਾ ਕਰ ਲੇ, ਕਰੇ 11 ਲੀਟਰ ਚਵਾ ਦਾਂਗੇ, ਚਵਾ ਚਵਾਂਗੇ ਜੀ, ਠੀਕ ਆ ਜੀ, ਆਪਾਂ ਲੀਟਰ ਮਾਰ ਕੇ ਪਣਕ ਲੈ ਜੀ। ਲਓ ਜੀ, 11 ਲੀਟਰ ਕੋਈ ਵੀਰੇ ਚਵਾਈ ਕਰ ਸਕਦਾ, ਮੇਲ ਕਾਫ ਆ, ਥਣ ਭਾਂਡਾ ਕਾਫੀ ਸੋਹਣਾ, ਬਿਲਕੁਲ ਦੇਖੋ, ਆ ਕੋਈ ਨਹੀਂ, ਬੱਚੇ ਤੇ ਲੈ ਜਾਓ, ਕੋਈ ਨਹੀਂ, ਬੱਚੇ ਦਾ ਕਰਦੀ ਥੋੜਾ, ਹਾਂ, ਬੱਚੇ ਦਾ ਕਰਦੀ ਆ। ਸੋ ਹਵਾਨਾ ਬਿਲਕੁਲ ਧੋਣ ਵਾਲੇ ਪਾਸੇ ਤੋਂ ਦੋਸਤੋ ਸਟਾਰਟ ਹੁੰਦਾ, ਠੀਕ ਆ, ਤੇ ਬੈਕ ਸਾਈਡ ਨੂੰ ਜਿਹੜਾ ਲੇਵੇ ਦੀ ਬਣਤਰ ਬਣੀ ਆ, ਠੀਕ ਆ, ਪੁੱਠੇ ਪੱਠ ਦੀ ਚੜਾਈ ਕਾਫੀ ਸੋਹਣੀ ਆ, 2-2 ਫੁੱਟ ਘੱਟੋ ਘੱਟ ਵੀ 1.5-2 ਫੁੱਟ ਦੇ ਲਾਗੇ ਤੱਕ ਜਿਹੜਾ ਪੁੱਠਾ ਚੜਾਈ ਦੇ ਵਿੱਚ, ਪੂਰੀ ਚੌੜੀ ਆ ਪਿੱਠ ਪੁੜੇ ਦੀ, ਉੱਚੇ ਕੱਦਕਾਠ ਦੇ ਵਿੱਚ ਆ। ਸੋ ਕੋਈ ਇੱਥੇ ਵੀਰ ਆਊਗਾ ਨਿਰਾਸ਼ ਨਹੀਂ ਹੋਊਗਾ ਵੀ ਬਾਹਲੀ ਛੋਟੀ ਝੋਟੀ ਨਹੀਂ ਹੈਗੀ ਜਾਂ ਮੀਡੀਅਮ ਨਹੀਂ ਹੈਗੀ, ਵੱਡੇ ਕੱਦਕਾਠ ਦੇ ਵਿੱਚ ਹੀ ਕਾਊਂਟ ਕਰ ਸਕਦੇ ਹੋ ਤੁਸੀਂ, ਠੀਕ ਆ। ਸੋ ਚਵਾ ਜਿਹੜਾ ਦੋਸਤੋ, ਧਾਰਾਂ ਟੋਟਲ ਜਿਹੜੀਆਂ 11 ਕਿਲੋ, ਕੋਈ ਵੀਰ ਆਪਦੀ ਚਵਾਈ ਕਰ ਲਏ, ਜਿਹੜਾ ਭਾਂਡੇ 'ਚ ਦੁੱਧ ਪੈਂਦਾ ਉਹ 11 ਕਿਲੋ ਆ, ਕੋਈ ਪਾਈਆ ਖੰਡ ਵੱਧ ਨਿਕਲੇ ਉਹ ਜਿਹੜਾ ਦੋਸਤੋ ਮੌਕੇ 'ਤੇ ਆ, ਠੀਕ ਆ, ਬਾਕੀ 11 ਕਿਲੋ ਦੇ ਵਿੱਚ ਕੋਈ ਘਰਦਾ ਨਹੀਂ ਗਾ ਕੰਮ, ਠੀਕ ਆ, ਅਤੇ ਮਗਰ ਕੱਟਾ ਮੇਲ ਕਾਫ ਆ, ਅਤੇ ਬੇਲ ਬੂਲ ਦੀ ਚੰਗੀ ਸਪੈਸ਼ਲ, ਲੰਮੀ ਮੱਝ ਆਈ, ਹਾਂ, ਲੈਂਥ ਵੀ ਚੰਗੀ ਆ, ਉਚਾਈ ਵੀ ਕਾਫੀ ਸੋਹਣੀ ਆ, ਅਤੇ ਇਹਦਾ ਮੁੱਲ ਵੀਰ ਭੁਪਿੰਦਰ ਸਿੰਘ ਕਿੰਨਾ ਫਿਰ? ਇਹਦਾ ਮੁੱਲ 70,000 ਜੀ। 70,000? 70,000 ਰੁਪਏ, 70,000, ਹਾਂਜੀ। ਅੱਛਾ, ਵਿੱਚੋਂ ਹੋ ਜੂ ਮਾਨਦਾਨ? ਹਾਂ, ਮਾਨਦਾਨ ਕਰਾਂਗੇ ਜੀ। ਠੀਕ ਆ, 70,000 ਦੇ ਵਿੱਚੋਂ ਭਾਅ ਦੇ ਰੇਟ ਹੀ ਸਾਰੇ, 70,000 ਦੇ ਵਿੱਚੋਂ ਮਾਨਦਾਨ ਹੋ ਜੂਗਾ, ਠੀਕ ਆ। ਸੋ ਭਾਅ ਪੜਤਾ ਜਾਇਜ਼ ਆ, ਪਸੰਦ ਆਉਣਗੇ, ਛੋਟੇ ਰੇਟ ਆ ਦੋਸਤੋ, ਬਾਕੀ ਪਸ਼ੂ ਚੰਗੇ ਆ, ਤਿੰਨੇ ਪਸ਼ੂ ਚੰਗੇ ਆ। ਥੋੜ੍ਹਾ ਜਿਹਾ ਇਹਨੂੰ ਇੱਕ ਦੇਖ ਵੀ ਥਾਣਾ ਆਪਾਂ ਤਸੱਲੀ ਨਾਲ ਦਿਖਾ ਦਈਏ, ਆਹ ਲਓ ਜੀ, ਠੀਕ ਆ, ਠੀਕ ਆ ਜੀ। ਇਸ ਤੋਂ ਬਾਅਦ ਆਪਣੇ ਕੋਲ ਇਹ ਗੱਬਣ ਆ ਗਈ, ਅਗਲੀ ਗੱਬਣ ਆ ਜੀ, ਅਗਲੀ ਮੈਂ ਗੱਬਣ ਆ, ਠੀਕ ਆ, ਇਹ ਵੀ ਸੰਧੂ ਸਾਹਿਬ ਘੱਟ ਤੋਂ ਘੱਟ ਆ ਜੇ 10 ਦਿਨ ਲੈ ਜੇ, 12 ਲੈ ਜੇ, ਹਾਂਜੀ ਹਾਂਜੀ, 10-12 ਦਿਨ ਲੈਂਦੀ ਆ, ਹਾਂਜੀ, ਝੋਟੀ ਆ ਦੂਜੇ ਸੂਬੇ, ਦੂਜੇ ਸੂਬੇ ਝੋਟੀ ਜੀ,
ਦੂਜੇ ਸੂਬੇ ਆ, ਠੀਕ ਹੈ। ਚੋਟੀ ਹਾਈਟ ਵੇਖੋ, ਚੜਾਈ ਵੇਖੋ, ਬਹੁਤ ਸੋਹਣੀ ਆ। ਨਹੀਂ ਕਿਸੇ ਪਾਸੇ ਨੂੰ, ਚਲੋ ਖੁੰਜੀ ਕੋਈ ਖੁੰਜੀ ਨਹੀਂ ਕਿਸੇ ਪਾਸੇ, ਤੇ ਹੈ ਵੀ ਉਹਨਾਂ ਦਾ ਸਾਰੀ ਜੈੱਡ ਬਲੈਕ ਹੀ ਆ। ਹਾਂਜੀ, ਜੈੱਡ ਬਲੈਕ ਥੱਲਾ ਮਾਰਿਆ ਜੇ ਤੇ ਬਹੁਤ ਕੱਢੂਗੀ ਜੀ। ਇੱਕ ਰੰਗ ਕਾਲੀ ਸ਼ਾਹ ਦੋਸਤੋ ਝੋਟੀ ਆ, ਮੈਨੂੰ ਲੱਗਦਾ ਮੱਥੇ ਤੇ ਵੀ ਵਾਲ ਬਹੁਤ ਸੋਹਣਾ ਲੱਗਾ ਜੀ, ਮੁੱਠੀ ਦਾ ਸਾਨੂੰ ਲੱਗਾ ਜੀ, ਤੇ ਥਾਂ ਥੁਣ ਪੂਰਾ ਮੁੱਠੀ ਵਾਲਾ, ਠੀਕ ਆ। ਹਵਾ ਨਾਲ ਲੇਵਾ ਬਣਾ ਕੇ ਤਿਆਰ ਕਰੀ ਜਾਂਦੀ ਪਈ ਆ, ਮੈਨੂੰ ਤਾਂ 10 ਦਿਨ 10 ਦਿਨ ਪੁੜੇ ਆ ਜੇ ਤੇ ਬੋਲੋ, ਅਜੇ ਲਏ ਨਹੀਂ। ਬਿਲਕੁਲ ਹਾਂਜੀ, ਬਾਕੀ ਥਾਂ ਭਾਂਡਾ ਸੋਹਣਾ ਦੋਸਤੋ, ਲੰਬਾਈ ਦੇ ਵਿੱਚ ਇੱਕੋ ਜਿਹਾ ਥਾਂ ਆ, ਵਿਥ ਬੁੱਥ ਕਾਫੀ ਸੋਹਣੀ ਆ, ਠੀਕ ਆ। ਅਤੇ ਫੇਸ ਕੁਆਲਿਟੀ ਆ ਬਿਲਕੁਲ ਸਿੰਘਾਂ ਸੁੰਘਾਂ ਦੀ, ਬਣਤਰ ਵੇਖੋ ਨਵੀਂ ਝੋਟੀ ਆ, ਠੀਕ ਹੈ। ਅਤੇ ਬਿਲਕੁਲ ਪਤਲਾ ਜਿਹਾ ਫੇਸ ਆ, ਪਲੀ ਚੰਗੀ ਆ, ਸੰਭੀ ਸੁੰਭੀ ਚੰਗੀ ਆ, ਰਾਜੀ ਆ, ਵਜਨ ਵਜੂਦ ਵਾਲੀ ਆ ਪੂਰੀ। ਇਹ ਵੀ ਖੋਲ ਕੇ ਆਪਾਂ ਤੁਹਾਨੂੰ ਜਿਹੜਾ ਤਸੱਲੀ ਨਾਲ ਜ਼ਰੂਰ ਤੋੜ ਕੇ ਦਿਖਾਉਣੇ ਆ। ਦਿਨ ਹਜੇ 10 ਕੁ ਕੱਢਦੇ ਆ, 10 ਤੋਂ ਵੱਧ ਲੈ ਜਾਇਓ, 10 ਕੁ ਦਿਨ ਕੋਈ ਮੰਨ ਕੇ ਸੌਦਾ ਕਰ ਲਈ ਪੜੇ ਸਾਨੂੰ ਅਜੇ ਨਹੀਂ ਭੰਨੇ। ਆ ਠੀਕ ਆ। ਸੋ ਪਸ਼ੂ 3 ਨੇ ਦੋਸਤੋ, 3 ਪਸ਼ੂ ਵਿਕਾਊਗਾ, ਝੋਟੀਆਂ ਹੀ ਆ, ਵੱਡੇ ਜ਼ਿਆਦਾ ਪਸ਼ੂ ਨਹੀਂ ਹੈਗੇ, ਜ਼ਿਆਦਾ ਕਹਿ ਲਈਏ ਵੀ ਜ਼ਿਆਦਾ ਸੂਵੇ ਵਾਲੇ ਨਹੀਂ ਗੇ, ਦੂਜੇ ਦੂਜੇ ਸੂਵੇ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਹੋ, ਠੀਕ ਆ। ਸੋ ਪੂਰੇ ਵਜਨਦਾਰ ਅਤੇ ਪੂਰੀ ਖਬਰਦਾਰ, ਠੀਕ ਆ ਜੀ। 10 ਕੁ ਦਿਨ ਹਜੇ ਲੈਂਦੀ ਆ, ਠੀਕ ਆ, ਝੋਟੀ ਕੱਢ ਜੂਗੀ 10 ਕੁ ਦਿਨ, 10 ਦਿਨਾਂ ਦੇ ਵਿੱਚ ਜਿਹੜੀ ਦੋਸਤੋ ਪੂਰੀ ਤਿਆਰੀ ਹੋਊਗੀ। ਬਾਕੀ ਥਾਂ ਭਾਂਡਾ ਅੱਜ ਹੀ ਤੁਸੀਂ ਵਿਖਾਲਾ ਵੇਖ ਲਓ, ਕਾਬਲੇ ਤਾਰੀਫ ਆ, ਕਾਫੀ ਖੁੱਲ੍ਹਾ ਲੇਵਾ ਬਣਾ ਕੇ ਤਿਆਰ ਕਰੂਗੀ, ਠੀਕ ਆ। ਆਹ ਫੇਸ ਕੁਆਲਿਟੀ ਆ, ਆਹ ਤੋਰ ਲਈਏ ਜੀ, ਆ ਲੈ ਵੀ ਪਸੰਦ ਆਊਗੀ। ਜਿਹਨੇ ਕਿਸੇ ਵੀਰ ਨੇ ਰੁਪਈਆ ਜਿੰਨੇ ਲਾਉਣੀ, ਜਿੰਨੀ ਪੇਮੈਂਟ ਜਿਹੜੀ ਦੋਸਤੋ ਇਹਦੀ ਹੋਊਗੀ, ਠੀਕ ਆ, ਬਿਲਕੁਲ ਸੈਟਿਸਫਾਈ ਹੋਵੋਗੇ, ਪਸ਼ੂ ਚੰਗਾ ਮਿਲੂਗਾ ਤੁਹਾਨੂੰ, ਠੀਕ ਆ। ਬਾਕੀ ਆਪਦਾ ਤਿਪ ਕੇ ਤਸੱਲੀ ਤੁਸੀਂ ਕਰਨੀ ਆ, ਅੱਗੋਂ ਵੀ ਬਿਲਕੁਲ ਤਿਪ ਕੇ ਤਸੱਲੀ ਕਰਕੇ ਲੈ ਕੇ ਆਉਂਦੀ ਆ, ਕਿਉਂਕਿ ਪਸ਼ੂ ਵਪਾਰ ਦਾ ਕੰਮ ਆ, ਅਨਫਿਟ ਪਸ਼ੂ ਨਹੀਂ ਹੋਊਗਾ ਕਿਸੇ ਪਾਸਿਓਂ, ਠੀਕ ਆ। ਆ ਦੇ ਅੱਛਾ ਭੁਪਿੰਦਰ ਭਾਈ, ਕਿੰਨਾ ਕੁ ਮੁੱਲ ਫਿਰ ਇਹਦਾ ਕਰਤਾ? ਹੰਦੂ ਸਾਹਿਬ, ਝੋਟੀਆਂ ਦਾ ਮੁੱਲ ਮੈਂ ਜਿੰਨਾ ਮਰਜ਼ੀ ਕਰੀ ਜਾਈਏ ਇਹਦਾ ਜੀ, ਸਵਾ ਵੀ ਕਰ ਲਈਏ, ਹਾਂਜੀ, ਪਰ 1,05,000 ਮਾਰਿਆ, 95,000 ਝੋਟੀ ਦੇ ਦਾਂਗੇ ਜੀ। 95 ਦੀ? ਹਾਂਜੀ, ਠੀਕ ਹੈ ਜੀ। ਬਾਕੀ ਝੋਟੀ ਕੇਵਲ ਖੁੰਜੀ ਨਹੀਂ ਜੀ, ਪਿੱਠ ਪੁੜਾ ਪੂਰਾ ਚੌੜਾ ਵਾ ਵੇਟ 'ਚ। ਬਿਲਕੁਲ ਜੀ, ਬਿਲਕੁਲ। ਸੋ ਚੰਗੇ ਪਿੱਠ ਪੁੜੇ ਦੀ ਆ ਦੋਸਤੋ, ਪੂਰੀ ਭਾਰੀ ਆ, ਵਜਨ ਵਜੂਦ ਵਾਲੀ ਆ, ਸਭੀ ਸੁਭੀ ਪੂਰੀ ਆ, ਹਾਂਜੀ। ਅਤੇ ਕੱਦ ਮੋਟੇ ਜਿਹੇ ਤੌਰ 'ਤੇ, ਇੱਕ ਵਾਰ ਮੈਂ ਫਿਰ ਮੈਂਸ਼ਨ ਕਰ ਦਿੰਦਾ, ਬਹੁਤੇ ਵੀਰ ਭੁਲੇਖਾ ਖਾ ਜਾਂਦੇ ਆ ਵੀ ਛੋਟੇ ਜਿਹੇ ਕੱਦ ਦੀ ਕੋਈ ਚੀਜ਼ ਨਾ ਹੋਵੇ, ਵੀ ਏਡੀ ਦੂਰੋਂ ਆਉਣਾ, ਕੱਦ ਇੱਕੋ ਜਿਹੇ ਆ, ਤਿੰਨਾਂ ਝੋਟੀਆਂ ਦੇ ਕੱਦ ਇੱਕੋ ਜਿਹੇ ਆ। ਮੈਂ ਪਹਿਲਾਂ ਗੱਲ ਕਰਤੀ ਵੀ 19-21 ਦਾ ਫਰਕ ਆ, ਕੋਈ 2-2 ਇੰਚ, ਕੋਈ ਇੰਚ ਡੇਢ 2 ਇੰਚ ਦਾ ਫਰਕ ਹੋਊਗਾ ਹਰ ਇੱਕ ਪਸ਼ੂ ਦੇ ਬਿਲਕੁਲ ਹਾਈਟ ਦਾ। 1,00,000 ਡਿਮਾਂਡ ਆ, 95,000 ਦੀ ਲੈ ਦੇ। ਇਹੋ ਪਸ਼ੂ ਸੀ ਅੱਜ ਬਾਈ ਭੁਪਿੰਦਰ ਆਪਣੇ ਕੋਲ 3। ਹਾਂਜੀ, ਠੀਕ ਹੈ, ਨੰਬਰ ਬੋਲ ਦਈਏ ਆਪਣੇ। ਹਾਂਜੀ, ਮੇਰਾ ਨੰਬਰ ਆ 98-762 ਹਾਂਜੀ 63-96। ਠੀਕ ਹੈ ਵੀਰ। ਹਾਂਜੀ, ਬਾਕੀ ਮਿੰਨੀ ਦਾ ਭਾਈ ਦਾ ਨੰਬਰ ਤੁਹਾਨੂੰ ਆਪਾਂ ਤੇ ਲਾ ਦਿਓ, ਸਕਰੀਨ 'ਤੇ ਚੱਲਦਾ ਰਹੂਗਾ। ਠੀਕ ਹੈ ਜੀ, ਉਹਨਾਂ ਨਾਲ ਕਨੈਕਟ ਕਰ ਸਕਦੇ ਆ। ਬਿਲਕੁਲ ਜੀ, ਹਾਂਜੀ, ਤੁਹਾਡਾ ਨੰਬਰ ਵੀ ਚੱਲਦਾ ਕਰ ਦਈਏ। ਹਾਂਜੀ, ਨਾਲ ਮਨਿੰਦਰ ਭਾਜੀ ਦਾ ਵੀ ਕਰ ਦਾਂਗੇ, ਠੀਕ ਹੈ ਜੀ। ਸੋ ਦੋਵੇਂ ਨੰਬਰ ਜਿਹੜੇ ਦੋਸਤੋ ਸਕਰੀਨ ਦੇ ਉੱਤੇ ਚੱਲਦੇ ਹੋਣਗੇ, ਨੰਬਰਾਂ 'ਤੇ ਤੁਸੀਂ ਕਾਲ ਕਰ ਸਕਦੇ ਜੀ, ਗੱਲਬਾਤ ਕਰ ਲਿਓ, ਠੀਕ ਆ। ਪਸ਼ੂ 3 ਨੇ, 3 ਪਸ਼ੂ ਵਿਕਾਊ ਆ, ਨਰਕ ਪਰਖਾ ਤਸੱਲੀ ਆ, ਪਿੰਡ ਤੋਂ ਦੇ ਆਣ ਕੇ ਵਿਜਿਟ ਕਰਕੇ ਤੁਸੀਂ ਕਰ ਸਕਦੇ ਜੀ, ਨੇੜੇ ਸ਼੍ਰੀ ਗੋਇੰਦਵਾਲ ਸਾਹਿਬ, ਠੀਕ ਹੈ ਜੀ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।